ਮਿੱਤਰ ਪਿਆਰੇ ਮਿੱਤਰ ਪਿਆਰੇ ਮਿੱਤਰ ਪਿਆਰੇ Thank you.
ਪਾਤਸ਼ਾਹ ਕਹਿੰਦੇ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੁੰਦਾ। ਹੁਣ ਕਦ ਮਿਲੀਏ ਪ੍ਰਿਆ ਖੁਦ ਭਗਵੰਤਾ, ਮੁਝ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ। ਉਹੀ ਵਿਸ਼ਾ ਹੈਗਾ ਜਿਹੜਾ ਕਲਗੀਧਰ ਪਾਤਸ਼ਾਹ ਦੀ ਆਪਣੀ ਪਾਵਨ ਮੁਖਾਰ ਪਿੰਡ ਤੋਂ ਵਾਹਿਗੁਰੂ ਜੀ ਨੂੰ ਸੱਜਣਾ ਆਪਣਾ ਸੁਨੇਹਾ ਦਿੰਦੇ। ਮਿਲ ਮੇਰੇ ਪ੍ਰੀਤਮਾ ਜੀ ਉਹ ਤੁਦ ਬਿਨ ਖਰੀ ਨਿਵਾਣੀ, ਮੈਂ ਨੈਣੀ ਨੀਂਦ ਨਾ ਆਵੇ ਦੀਓ ਭਾਵੇ ਅੰਨ ਨਾ ਪਾਣੀ। ਇਹ ਉਹੀ ਟੋਪਿਕ ਹੈਗਾ ਜਦੋਂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਤੱਤੀ ਤਵੀ ਤੇ ਬੈਠ ਕੇ ਕਹਿੰਦੇ ਆ ਹਰ ਨਾਮ ਪਦਾਰਥ ਨਾਨਕ ਮੰਗ। ਤੱਤੀ ਤਵੀ ਤੇ ਬੈਠਿਆ ਵੀ ਤੇਰਾ ਨਾਮ ਚਾਹੀਦਾ, ਤੇਰੀ ਯਾਦ ਚਾਹੀਦੀ ਹੈ। ਦਰਬਾਰ ਸਾਹਿਬ ਦੇ ਕੀਰਤਨ ਦੀ ਇੱਕ ਮਰਿਆਦਾ ਹੈਗੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹਦੇ ਹਾਂ। ਭਾਈ ਗੁਰਦਾਸ ਜਾਂ ਭਾਈ ਆਨੰਦ ਲਾਲ ਜਾਂ ਹੋਰ ਜਿਹੜੀ ਪ੍ਰਵਾਨਿਤ ਬਾਣੀ ਹੈ ਉਹ ਪ੍ਰਮਾਣਾ ਵਾਸਤੇ ਵਰਤੀ ਜਾ ਸਕਦੀ ਹੈ, ਪਰ ਇੱਕ ਮਰਿਆਦਾ ਹੈਗੀ ਹੈ ਵੀ ਜਿਵੇਂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਹੈ, ਭਾਈ ਆਨੰਦ ਲਾਲ ਜੀ ਦੀ, ਭਾਈ ਗੁਰਦਾਸ ਜੀ ਦੀ ਬਾਣੀ, ਜੇਕਰ ਇਹ ਸ਼ਬਦ ਮੁੱਖ ਰੱਖ ਕੇ ਅਸੀਂ ਬਾਣੀ ਪੜ੍ਹਦੇ ਹਾਂ ਉਸ ਰਚਨਾ ਦੇ ਵਿੱਚ ਗੁਰਬਾਣੀ ਦੀ ਉਦਾਹਰਣ ਨਹੀਂ ਦੇ ਸਕਦੇ। ਅਸੀਂ ਗੁਰਬਾਣੀ ਦਾ ਸ਼ਬਦ ਪੜ੍ਹਦੇ ਹਾਂ
ਉਹਨਾਂ ਬਾਣੀਆਂ ਦਾ ਹਵਾਲਾ ਦੇ ਸਕਦੇ ਤੇ ਇਹ ਜਿਹੜਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸ਼ਬਦ ਉਚਾਰਦੇ ਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਇਹ ਉਹੀ ਬਿਰਹਾ ਦਾ ਟੋਪਿਕ ਹੈਗਾ ਏ ਪਰਮੇਸ਼ੁਰ ਦੀ ਯਾਦ ਦਾ ਟੋਪਿਕ ਹੈਗਾ ਏ ਜਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਮਿਲ ਮੇਰੇ ਪ੍ਰੀਤਮਾ ਜੀ ਉਹ ਤੁਧ ਬਿਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੇ ਜੀ ਉਹ ਭਾਵੈ ਅੰਨ ਨਾ ਪਾਣੀ ਜਿਵੇਂ ਕਹਿੰਦੇ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਹੈ ਪ੍ਰੈ ਤੁਧ ਭਗਵੰਤਾ ਉਹੀ ਅਵਸਥਾ ਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਜਿਸ ਅਵਸਥਾ ਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਤੱਤੀ ਤਵੀ ਤੇ ਬੈਠ ਕੇ ਕਹਿੰਦੇ ਹਰ ਨਾਮ ਪਦਾਰਥ ਨਾਨਕ ਮੰਗੈ ਜੇ ਮੇਰੇ ਹਿਰਦੇ ਵਿੱਚ ਤੇਰਾ ਨਾਮ ਹੈਗਾ ਤੇ ਤੱਤੀ ਤਵੀ ਮੇਰੇ ਅੱਗੇ ਕੀ ਅਹਿਮੀਅਤ ਰੱਖਦੀ ਮਹਾਰਾਜ ਕਹਿੰਦੇ ਜੇਕਰ ਤੇਰਾ ਸਾਥ ਹੈਗਾ ਏ ਯਾਰੜੇ ਦਾ ਸਾਨੂੰ ਸੱਤਰ ਚੰਗਾ ਤੇ ਭੱਠ ਖੇੜੇ ਆਉਂਦੇ ਰਹਿਣਾ ਤੇ ਰੜੇ ਮੈਦਾਨ ਦੇ ਵਿੱਚ ਵੀ ਸੁੱਤਾ ਹੈਗਾ ਜੇਕਰ ਤੇਰੀ ਯਾਦ ਮੇਰੇ ਕੋਲ ਹੈਗੀ ਹੈ ਤੂੰ ਮੇਰੇ ਨਾਲ ਹੈਗਾ ਤੇ ਮੈਨੂੰ ਮਖਮਲੀ ਗੱਦੇ ਜਿਹੜੇ ਆ ਉਹਨਾਂ ਦੀ ਕੋਈ ਪਰਵਾਹ ਨਹੀਂ ਮੇਰੇ ਵਾਸਤੇ ਰੜਿਆ ਮੈਦਾਨ ਜਿਹੜਾ ਹੈ ਢੇਮ ਦਾ ਸਰਾਣਾ ਜਿਹੜਾ ਮਖਮਲੀ ਗੱਦਾ ਹੈਗਾ ਤੁਧ ਬਿਨ ਰੋਗ ਜੇਕਰ ਮਖਮਲੀ ਗੱਦਿਆਂ ਦੇ ਵਿੱਚ ਮੈਂ ਤੈਨੂੰ ਵਿਛੋੜ ਦਿੰਦਾ ਤੈਨੂੰ ਭੁੱਲ ਜਾਂਦਾ ਜਿਹੜਾ ਵੀ ਭੁੱਲਦਾ ਮਹਾਰਾਜ ਕਹਿੰਦੇ ਤੁਧ ਬਿਨ ਰੋਗ ਰਜਾਈਆਂ ਦਾ ਓੜਨ ਨਾਗ ਨਿਵਾਸਾਂ ਦੇ ਰਹਿਣਾ ਮੈਨੂੰ ਇੰਝ ਪ੍ਰਤੀਤ ਹੁੰਦਾ ਹੈ ਜੇਕਰ ਮੈਂ ਤੈਨੂੰ ਭੁੱਲ ਕੇ ਮਖਮਲੀ ਗੱਦਿਆਂ ਤੇ ਸੌਵਾਂ ਇਵੇਂ ਆ ਜਿਵੇਂ ਨਾਗਾਂ ਦੀ ਸੇਜ ਦੇ ਉੱਤੇ ਸੁੱਤਾ ਪਿਆ ਮੈਨੂੰ ਡੱਸਦੇ ਪਏ ਮਖਮਲੀ ਗੱਦੇ ਸੂਲ ਸੁਰਾਹੀ ਖੰਜਰ ਪਿਆਲਾ ਜਿਹਨਾਂ ਬਰਤਨਾਂ ਵਿੱਚ ਭੋਜਨ ਪਾ ਕੇ ਛੱਡਦਾ ਮੇਰੇ ਵਾਸਤੇ ਸੂਲਾਂ ਬਣ ਜਾਂਦੇ ਸੂਲ ਬਣ ਜਾਂਦੇ ਪਿਆਲਾ ਜਿਹਦੇ ਵਿੱਚ 36 ਪ੍ਰਕਾਰ ਦੇ ਭੋਜਨ ਛੱਡਦਾ ਜੇਕਰ ਤੂੰ ਭੁੱਲ ਜਾਵੇਂ ਤੇ ਮੇਰੇ ਵਾਸਤੇ ਖੰਜਰ ਬਣ ਜਾਂਦਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ
ਪੱਟ ਖੇੜਿਆਂ ਦੇ ਪਿਆਰੇ ਮਿੱਤਰ ਪਿਆਰੇ।